ਹੇਅਰ ਟ੍ਰੀਟਮੈਂਟ ਵਾਲ ਬਹੁਤ ਡੈਮੇਜ ਹੋਏ ਪਏ ਆ ਅੱਜ ਕਿੰਨੇ ਦਿਨਾਂ ਬਾਅਦ ਹੋ ਲੱਗਾ ਉਹ ਸੜ ਗਏ ਮੇਰੇ ਵਾਲ ਦੱਸੋ ਕਿਵੇਂ ਆਂਦੇ ਆ ਓਏ ਹੋਏ ਸਵਾਦ ਆ ਰਿਹਾ चिट्टे भी आ गए वाल बहुत ज्यादा डैमेज आज आप कराने जा रहे हेयर ट्रीटमेंट अपना भाई उन्होंने पूछ रहे हैं की कराइए की सही रहूगा व्लॉग एंड तक देखते रहो व्लॉग बहुत वधिया होने लगा वा जिहड़े जिहड़े वीर भरा दे मैनू कमेंट्स आए ही भी अपने हेयर ट्रीटमेंट का कोई व्लॉग पाओ तो आप हेयर ट्रीटमेंट का व्लॉग पा लगे पाता वा मतलब तो हूँ लाइक शेयर कमेंट तो बनता वा ताड़ी यही गल हरेक मानते हैं है ना तो हूँ बाकी तू कह दे जो कहना वाला दा मैं कहना तत कर देंगे देखिए चलो हूँ बंदा हाँ की बन जाए बड़े वाल खड़े करके किधर आए आ चले जाए चेला वाल कि बहुत ज्यादा डैमेज हो सो सारे दसो की सही रहा वा डैमेज वाली पुछन दे ही मैं सारे डिटेल च दसो माड़ा ਡਿਟੇਲ ਚ ਆਪਾਂ ਕਰਨੀ ਆ ਹੁਣ ਪਤਾ ਲੱਗ ਜਾਣਾ ਪਤਾ ਲੱਗ ਜਾਣਾ ਤਾਂ ਰਿਜ਼ਲਟਸ ਮਿਲ ਜਣੇ ਹਨਾ ਰਿਜ਼ਲਟ ਮਿਲ ਗਏ 50% ਵਾਲ ਸਿੱਧੇ 50% ਪ੍ਰੋਟੀਨ ਮਿਲਣੇ ਵਾਲਾ ਹਾਂ ਪ੍ਰੋਟੀਨ ਮਿਲਣੀ ਹਾਂਜੀ ਆਂਡਾ ਹਾਂਜੀ ਭਾਈ ਨਹੀਂ ਅੱਜ ਕਿੰਨੇ ਦਿਨਾਂ ਬਾਅਦ ਨੋ ਲੱਗਾ ਕੁਝ ਵੀ ਚੱਲਾ ਦਾਦੇ ਸੱਚ ਜੀ ਕਿੰਨੇ ਹੀ ਮੈਸੇਜ ਆਉਂਦੇ ਬਾਵਜੂਦ ਬਾਈ ਦਾ ਹੋ ਲੱਗਾ ਟ੍ਰੀਟਮੈਂਟ ਓਏ ਬੋਗਰ ਜ਼ਿਆਦਾ ਸੱਚ फिर मिलते दो प्रवचन चारक दो प्रवचन चारक प्रवचन दो मंसूरवाल शॉप का नाम दी शैडो सलून सामने ओके चलो देख दे बाकी।
ਵਲੌਗ ਐਂਡ ਤੱਕ ਦੇਖਦੇ ਰਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਆ ਬਾਤ ਹੈ ਤੇ ਬੈਲ ਆਈਕਨ ਤੇ ਰੋ ਵੀ ਬਾਈ ਜੀ ਉਹ ਫਿਰ ਡਿਟੇਲ ਚ ਜਾਣਾ ਪੈਂਦਾ ਮੈਨੂੰ ਫਿਰ ਉਹ ਬਸ ਬਸ ਅੰਗੂਠਾ ਚਪਲਾਂ ਜੋ ਵੀ ਭਾਈ ਮੈਂ ਕਹਿੰਦਾ ਉਹਨਾਂ ਨੇ ਆਪਣੇ ਕੋਲ ਐਟ ਅ ਟਾਈਮ ਦੀ ਹੱਥ ਚ ਬਸ ਬਸ ਉਹਦਾ ਖਿਆਲ ਰੱਖਿਓ ਨਾ ਉੱਤੇ ਤੇ ਦੇਖਣਾ ਫਿਰ ਬਾਕੀ ਮੈਨੂੰ ਦੇਖ ਕੁੱਖ ਨਹੀਂ ਰਿਹਾ ਵਾਲਾਂ ਦੇ ਕਰਕੇ ਮਾੜੀ ਜਗ੍ਹਾ ਸਪੇਸ ਬਣਾ ਦਿਓ ਮਾੜੀ ਲਓ ਜੀ ਰੋਟੀ ਪਲੇਟ ਰੋਣਾ ਨੀ ਕੋਈ ਚੱਕਰ ਨੀ ਚਾਹ ਕੰਟੀਨਿਊ ਕਰ ਰਹੀ ਆਪਣੀ ਚਾਹ ਆ ਸਾਡੇ ਚ ਸਾਰਿਆਂ ਨਾਲ ਉਬਲਦੀ ਹੋਈ ਚਾਹ ਤੂੰ ਪੀਣੀ ਚਾਹ ਸਟਾਰਟਿੰਗ ਦੱਸੀ ਸਟਾਰਟਿੰਗ ਤੂੰ ਪੀਣੀ ਚਾਹ ਵੀ ਆਪਣਾ ਪਬਜੀ ਵਾਲਾ ਕੰਮ ਤੇ ਸਰ ਗਿਆ ਵਾ ਉਹ ਪੀਂਦੇ ਆ ਚਾਹ ਤੂੰ ਪੀਣੀ ਚਾਹ ਕਿੰਨੀ ਕਰੀ ਜੋੜ ਬਣਾ ਤੂੰ ਪੀਣੀ ਚਾਹ ਬਾਕੀ ਇਧਰ ਮੈਂ ਗੇਮ ਖੇਡਣ ਡਿਆ ਵਾ ਤੇ ਉਧਰ ਸ਼ਟਰ ਆਪਾਂ ਲਾਤਾ ਵਾ ਫੁੱਲ ਨੇਮ ਦੱਸ ਰੋਬੀ ਏਡਾ ਏਡਾ ਵੱਡਾ ਕਰਕੇ ਆਈਡੀ ਚ ਲਿਖਿਆ ਫੁੱਲ ਨੇਮ ਪੁੱਛੀ ਜਾਂਦੇ ਨੇ ਬਾਕੀ ਸ਼ਟਰ ਆਪਾਂ ਲਾਤਾ ਵਾ ਕੰਮ ਉਧਰ ਕੈਮਰੇ ਲੱਗੇ ਪਏ ਆ 30 ਦੇ ਚੱਲਣ ਦੇ ਆ ਇੱਧਰ ਵਿਸ਼ਾਲ ਜੀ ਵੀ ਗੇਮ ਤੇ ਲੱਗੇ ਆ ਇੱਧਰ ਆਪਾਂ ਵੀ ਗੇਮ ਤੇ ਲੱਗੇ ਆ ਪਚਿੰਕੀ ਜੀ ਆਪਾਂ ਆ ਗਏ ਆ ਦੇਖਿਆ ਬਿਨਾਂ ਦੇਖੇ ਦੱਸਤਾ ਪਚਿੰਕੀ ਜੀ ਆ ਗਏ ਆ ਮੈਂ ਹੁਣ ਕੀ ਦੱਸਾਂ ਮੈਨੂੰ ਬਹੁਤ ਵਧੀਆ ਲੱਗਣ ਦਿਆ ਵਾ ਤੇ ਗੇਮ ਆਪਾਂ ਕੰਟੀਨਿਊ ਕਰ ਲਈਏ ਫਿਰ ਚਾਹ ਪੀਂਦੇ ਆ ਓਕੇ ਤੇ ਵਲੌਗ ਐਂਡ ਤੱਕ ਦੇਖਿਓ ਏਦਾਂ ਹੀ ਚਲੋ ਜੀ ਲਓ ਵੀ ਬਾਬੇ ਆਪਣੇ ਲਾਤਾ ਵਾ ਕੀ ਹੀ ਆਹ ਦੇਖਿਓ ਕਿਦਾਂ ਚਿੰਪੂ ਜਿਹਾ ਲੱਗਣ ਦੇ ਜਦ ਤੇਲ ਲਾਇਆ ਹੁੰਦਾ ਬਾਕੀ ਗੜਾਈਆਂ ਲੈਣ ਲੱਗ ਪਿਆ ਮੈਂ ਗੇਮ ਖੇਡ ਕੇ ਕੌਣ ਦੱਸਿਓ ਮੈਨੂੰ ਸੱਚ ਕੌਣ ਕੌਣ ਪਬਜੀ ਲਵਰ ਆ ਤੈਨੂੰ ਜ਼ਰੂਰ ਦੱਸਿਓ ਕਮੈਂਟਾਂ 'ਚ ਕੌਣ ਕੌਣ ਪਬਜੀ ਲਵਰ ਆ ਆਪਾਂ ਦਾ ਲਵਰ ਆ ਪਬਜੀ ਦੇ ਫਰੀ ਫਾਇਰ ਵਾਲਾ ਜਿਹੜਾ ਹੋਇਆ ਨਾ ਫਰੀ ਫਾਇਰ ਵਾਲੇ ਮਤਲਬ ਅਸੀਂ ਹੈ ਨਹੀਂ ਆ ਭਰਾਵਾ ਤੁਹਾਨੂੰ ਸਿੱਧਾ ਦੱਸ ਦਈਏ ਖਾਲੀ ਪੈ ਸਾਰਾ ਨਾ ਉਹ ਲੰਘ ਹੀ ਲੱਗੀ ਸਾਰਾ ਟ੍ਰੀਟਮੈਂਟ ਕਰਦੇ ਨਾ ਉਹਨੂੰ ਦੱਸ ਤਾ ਉਹ ਕੀ ਫਾਇਦਾ ਲੱਗਦਾ ਵਲੌਗਾਂ ਨੂੰ ਪਿਆਰ ਨੀ ਮਿਲਾਂਦਿਆ ਉਹੋ ਜਿਹਾ ਵਲੌਗਾਂ ਨੂੰ ਪਿਆਰ ਦਿਓ ਜਿੱਦਾਂ ਪਹਿਲਾਂ ਦਿੰਦੇ ਸੀ ਦੇਖੋ ਵਲੌਗ ਲਾਈਕ ਸ਼ੇਅਰ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਾਰਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਘਰ ਪਰਿਵਾਰ ਵਾਲਿਆਂ ਨੂੰ ਜੋ ਸਾਡੇ ਗਾਲਾਂ ਗੂਲਾਂ ਵਾਲੇ ਵਲੌਗ ਨਹੀਂ ਹੁੰਦੇ ਵਧੀਆ ਹੁੰਦੇ ਫੈਮਿਲੀ ਨੂੰ ਬੈਠ ਕੇ ਵਲੌਗ ਦੇਖਣ ਵਾਲੇ ਸਾਰੀ ਫੈਮਿਲੀ ਦਾ ਵਲੌਗ ਦੇਖਿਆ ਕਰੋ ਬਾਕੀ ਜਦੋਂ ਐਨੀ ਹੁੰਦੀ ਆ ਫਿਰ ਆਪਾਂ ਉਦੋਂ ਮਿਲਦੇ ਹਾਂ ਬਾਕੀ ਓਕੇ ਵੀ ਮਾਸਕ ਵੇਅਰ ਕਰ ਲਏ ਆਪਾਂ ਤੇ ਕਹਿੰਦੇ ਸੀ ਮਾਸਕ ਪਾ ਕੇ ਰੱਖਣੇ ਆ ਸਮੋਕ ਬਹੁਤ ਨਿਕਲਣਾ ਸਮੋਕ ਨਿਕਲਣਾ ਵਾ ਸੋ ਚਲੋ ਲੈਟਸ ਸੀ ਤੂੰ ਆ ਦੇਖੀ ਨਿਕਲਦਾ ਸਤਾ
ਇਹਦੇ ਧੂਆ ਤਾਂ ਵੀ ਨਿਕਲਣਾ ਸੋ ਧੂਆ ਦੇਖਦੇ ਆ ਨਿਕਲਦਾ ਵਾ ਕਿ ਨਹੀਂ ਜਿੱਦਾਂ ਚਿਕਨ ਜਿਹੜਾ ਨਿਕਲਦਾ ਨਾ ਹਾਂ ਦੇਖਦੇ ਆ ਉਹ ਬੰਨੇ ਧੂਆ ਨਿਕਲਣ ਦਿਆ ਸੱਚੀ ਗਾਇਸ ਧੂਆ ਨਿਕਲਦੇ ਆ ਵਾਲਾ ਜੋ ਸੜ ਗਏ ਮੇਰੇ ਵਾਲ ਦੇਖਦੇ ਹੋ ਬਾਬਿਓ ਧੂਆ ਆ ਰਿਹਾ ਹੈ ਵਾਲੋਂ ਖਰਾਬ ਹੋਏ ਤੇ ਸਮੂਥਨਿੰਗ ਤੇ ਕੈਰਾਟਿਨ ਇਹਨਾਂ ਤਿੰਨਾਂ ਚੋਂ ਕੀ ਬੈਸਟ ਰਹਿੰਦੀ ਜੇ ਆਪਾਂ ਨੂੰ ਡੈਮੇਜ ਹੋਣ ਆਪਣੇ ਵਾਲ ਡੈਮੇਜ ਹੋਣ ਤੇ ਕੈਰਾਟਿਨ ਹੀ ਬੈਸਟ ਆ ਓਕੇ ਜੇ ਤੁਸੀਂ ਵਾਲ ਉੱਤਰ ਸਿੱਧੇ ਕਰਾਉਣੇ ਤੇ ਉਹ ਕਰਾ ਲਓ ਆਪਣਾ ਸਮੂਥਨਿੰਗ ਉਹ ਕੋਨਾ 100% ਸਿੱਧੇ ਹੁੰਦੇ ਵਾਲ ਕਹਿੰਦਾ 50% ਹੋਣਾ ਚਾਹੀਦਾ ਓਕੇ ਮਤਲਬ ਆਪਾਂ ਨੂੰ ਇਹੀ ਬੈਸਟ ਰਹਿਣੀ ਹੈ ਨਾ ਹੂੰ ਓਕੇ ਕਿਉਂਕਿ ਆਪਾਂ ਹੇਅਰ ਸਟਾਈਲ ਕਰਨਾ ਵਗੈਰਾ ਤੇ ਸਿੱਧੇ ਬੈਸਟ ਰਹਿਣੀ ਸਮੂਥਨਿੰਗ ਜੇ ਤੁਸੀਂ ਵਾਲ ਸਟਾਈਲ ਵੀ ਬਣਾਉਣਾ ਆਪਣਾ ਕਿ ਉਹਦੇ ਲਈ ਕੈਰਾਟਿਨ ਬੈਸਟ ਹੈ ਮੈਂ ਵੀ ਤਾਂ ਹੀ ਉਹ ਕੈਰਾਟਿਨ ਕਰਾਈ ਮੈਂ ਸਟਾਈਲ ਵੀ ਆਪਣਾ ਕਰਾਉਣਾ ਹੋਊਗਾ ਜਿਹੜੀ ਰਿਬੋਨਿੰਗ ਆ ਉਹ ਸੇਮ ਹੀ ਹੁੰਦਾ ਬਸ ਕਰਨ ਤੇ ਓਕੇ ਇਹ ਰਿਜ਼ਲਟ ਤੇ ਤੁਹਾਡੇ ਸਾਹਮਣੇ ਹੀ ਆ ਹਲੇ ਹੋਇਆ ਨਹੀਂ ਆ ਜਦੋਂ ਡਨ ਹੋਇਆ ਫਿਰ ਤੁਹਾਨੂੰ ਦਿਖਾਉਂਦੇ ਬਾਕੀ ਸਾਨੂੰ ਭੁੱਖ ਲੱਗੀ ਅਸੀਂ ਪੀਜ਼ਾ ਆਰਡਰ ਕਰ ਲਿਆ ਵਾ ਤੇ ਬਸ ਉਹ ਵੀ ਖਾਵਾਂਗੇ ਪਹਿਲਾਂ ਕੰਮ ਮੁਕਾ ਕੇ ਵਾਲਾ ਦਾ ਤੇ ਬਾਕੀ ਹੁਣ ਜਦੋਂ ਕੰਮ ਹੁੰਦਾ ਵਾ ਅੱਧਾ ਕੰਮ ਹੋ ਜਾਂਦਾ ਫਿਰ ਤੁਹਾਨੂੰ ਮਿਲਦੇ ਹਾਂ ਬਾਕੀ ਹੁਣ ਪੀਜ਼ਾ ਖਾਂਦੇ ਆ ਤੇ ਫਿਰ ਆਪਣਾ ਕਰਦੇ ਆ ਫਿਰ ਟ੍ਰੀਟਮੈਂਟ ਸ਼ੁਰੂ ਪੀਜ਼ਾ ਖਾ ਕੇ ਤੇ ਫਿਰ ਮਿਲਦੇ ਆ ਕਿੰਨੇ ਵਜੇ ਛੱਡ ਕੇ ਗਿਆ ਸੀ ਮੈਂ ਕਿੰਨਾ ਟਾਈਮ ਲੱਗਾ ਮੈਂ ਭਾਈ 5 ਵਜੇ ਚਲੇ ਗਿਆ ਸੀ ਪੂਰੇ ਤੇ ਕੀ ਟਾਈਮ ਹੋ ਗਿਆ 6-7 ਵਜੇ ਚੱਲਿਆ ਤੇ ਮੇਰਾ ਵੀ ਹਨਾ ਟਾਈਮ ਖੁੱਲਾ ਹੀ ਟਾਈਮ ਯਾਰ ਇਹਦੇ ਲਈ ਹਾਂ ਖੁੱਲਾ ਹੀ ਟਾਈਮ ਉਹ ਯਾਰ 2 ਘੰਟੇ ਤਾਂ ਚਾਹੀਦੇ ਆ 2-2.5 ਘੰਟੇ ਚਾਹੀਦੇ ਤੇ ਹੁਣ ਪਰਸੋਂ ਆਣਾ ਵਾ ਆਪਾਂ ਪਰਸੋਂ ਦੇਖਣਾ ਫੇ ਕੀ ਰਿਜ਼ਲਟ ਮਿਲਦਾ ਬਾਕੀ ਇਦਾਂ ਹੀ ਵਧੀਆ ਲੱਗਣ ਦੇ ਮੈਨੂੰ ਤੇ ਬਾਕੀ ਡਰਾਇਰ ਕਰੋ ਚਲੋ ਦੇਖ ਸਕਦੇ ਅੱਜ ਦਾ ਰਿਜ਼ਲਟ ਤੇ ਬਸ ਐ ਕਰਨਾ ਬ੍ਰੈਂਡ ਹੋ ਜਾਏਗਾ ਤੇ ਇੱਧਰ ਨੂੰ ਮਰਜ਼ੀ ਕਰ ਸਕਦੇ ਆ ਆਪਾਂ ਦੂਜੀ ਹੈ ਨਹੀਂ ਯਾਰ ਉਹ ਕੰਗੀ ਜਿਹੜੇ ਵੱਡੇ ਜੇ ਛੇਕ ਜੇ ਮਾਰ ਦਿੰਦੀ ਹੈ ਵਿੱਚ ਐ ਜੇ ਉਹ ਦੂਜਾ ਨਾ ਵੀ ਸਿੱਖ ਛੱਡ ਤਿੰਨ ਤੇ ਲੋੜ ਪੈਣੀ ਲੂਜ਼ ਕੌਮ ਹਾਂ ਆ ਲਾ ਦੂ ਆ ਵੀ ਸਹੀ ਗੱਲ ਆ ਮਜ਼ਾਕ ਨਹੀਂ ਮੈਂ ਕੱਲ ਹੀ ਵੀਡੀਓ ਵੇਖੀ ਲੈ ਵੀ ਹੁਣ ਮੈਂ ਹੈਲਦੀ ਹੋ ਗਿਆ ਮੈਂ ਹੈਲਦੀ ਹੋ ਗਿਆ ਇੰਨਾ ਹੈਲਦੀ ਹੁੰਦੇ ਆ ਵਾਲ ਸੋ ਜਿਹੜੇ ਵੀ ਵੀਰ ਭਰਾ ਵਾ ਆਪਣੇ ਹੇਅਰ ਦਾ ਟ੍ਰੀਟਮੈਂਟ ਆ ਤੁਸੀਂ ਦੇਖ ਸਕਦੇ ਆ ਇੱਦਾਂ ਦੇ ਆ ਹੁਣ ਹੇਅਰ ਆਪਣੇ ਤੇ ਹੁਣ ਆਪਾਂ ਚੱਲੇ ਆ ਹੁਣ ਜਾ ਕੇ ਫੇਰ ਖੋਲ ਦੋ ਹੁਣ ਆਪਾਂ ਜਾ ਕੇ ਦਿਖਾਉਂਦੇ ਆ
ਵਾਲ ਵਾਸ਼ ਹੋਣੇ ਆ ਤੇ 1 ਮਿੰਟ ਉਹ ਕਿੱਦਾਂ ਬਈ ਜੀ 1 ਮਿੰਟ ਹਾਂ ਸੋ ਹੁਣ ਆਪਣੇ ਵਾਲ ਵਾਸ਼ ਹੋਣੇ ਆ ਬਸ ਵਾਸ਼ ਹੋ ਕੇ ਫਿਰ ਡਰਾਇਰ ਕਰ ਦੇਣੀ ਫਿਰ ਤੁਹਾਨੂੰ ਸਾਰਾ ਦਿਖਾ ਦੇਣਾ ਵਾ ਕੀ ਚੱਕਰਮੈਂਟ ਆ ਰਿਜ਼ਲਟ ਕੀ ਆਇਆ ਮੈਨੂੰ ਤਾਂ ਇਦਾਂ ਹੀ ਬਹੁਤ ਸੋਹਣੇ ਲੱਗਣ ਦੇ ਸੀ ਤੁਹਾਨੂੰ ਵੀ ਆਈ ਥਿੰਕ ਮੇਬੀ ਤੁਹਾਨੂੰ ਵੀ ਇਦਾਂ ਹੀ ਸੋਹਣੇ ਲੱਗਣ ਦੇ ਹੋਣੇ ਬਟ ਇੱਕ ਵਾਰੀ ਵਾਸ਼ ਕਰਾਣੇ ਪੈਣੇ ਆ ਵਾਸ਼ ਕਰਾ ਕੇ ਫਿਰ ਤੁਹਾਨੂੰ ਰਿਜ਼ਲਟ ਦਿਖਾਣੇ ਸਲੂਨ ਤੇ ਆਪਾਂ ਸਿੱਧਾ ਜਾ ਕੇ ਮਿਲਦੇ ਕਿੱਥੇ ਜਾ ਕੇ ਸਲੂਨ ਤੇ ਜਾ ਕੇ ਮਿਲਦੇ ਆਪਾਂ ਤੁਹਾਨੂੰ ਦਿਖਾਣੇ ਆ ਰਿਜ਼ਲਟ ਬਾਕੀ ਜੁੜੇ ਰਹੋ ਇਦਾਂ ਹੀ ਵਲੌਗ ਤੇ ਕੈਂਟ ਵਲੌਗ ਆਉਣਗੇ ਬਾਬਾ ਭਲੀ ਕਰੇ ਓਕੇ ਹੋਰ ਗੁੱਡ ਮਾਰਨਿੰਗ ਕਹਿ ਦੋ ਹੋਰ ਸੈਂਟਾ ਕਲੌਸ ਗੁੱਡ ਮਾਰਨਿੰਗ ਕੋ ਗੁੱਡ ਮਾਰਨਿੰਗ ਮਾਤਾ ਕੋ ਨਾਈਟ ਹੋ ਗਈ ਹਾਂ ਗੁੱਡ ਮੈਂ ਵੀ ਇੱਦਾਂ ਹੀ ਕਹਿ ਰਹੇ ਮਹਾਰਾਜ ਜੀ ਪਬਜੀ ਪਲੇਅਰ ਆਪਣੇ ਉਹ ਠੀਕ ਠਾਕ ਜੇ ਬਸ ਵਧੀਆ ਤੈਨੂੰ ਡੀਕਦਾ ਮੈਂ ਹਾਂ ਦੇਖਿਆ ਭਰਾ ਦੀ ਡੀਕ ਤੇ ਉਧਰ ਦੇਖੋ ਜਰਾ ਫੇ ਅੱਗੇ ਆਓ ਨੇੜੇ ਆਓ ਇਹ ਲਓ ਬਈ ਹੁਣ ਐਚਡੀ ਦੋਵਾਂ ਚੋਂ ਕਰ ਲਓ ਕੋਈ ਪਸੰਦ ਹੈ ਨਾ ਨਾ ਭਾਬੀ ਦੋਣਾ ਛਿੱਤਰ ਮਾਰੀ ਭਰਾਵਾ ਤੇ ਬਾਕੀ ਓਕੇ ਆ ਹੁਣ ਆਪਾਂ ਕਰਾਣੇ ਕੀ ਕਰਨਾ ਵਾਸ਼ ਹੁਣ ਵਾਸ਼ ਕਰਨੇ ਆ ਅੱਛਾ ਫੇ ਬਾਅਦ ਚੋਂ ਡਰਾਇਰ ਬਸ ਫੇ ਤੁਹਾਨੂੰ ਰਿਜ਼ਲਟ ਦਿਖਾ ਦੇਣਾ ਓਕੇ ਰਿਪੋਰਟ ਆ ਮੈਨੂੰ ਤਾਂ ਹੁਣ ਬੜੇ ਵਧੀਆ ਲੱਗਣ ਦੇ ਸੀ ਤੇਰਾ ਵਧੀਆ ਹੋਇਨਾ ਸਾਰਾ ਕੁਝ ਹਾਂ ਮੈਂ ਤਾਂ ਐ ਕਰਦਾ ਐ ਹੀ ਬੜੇ ਵਧੀਆ ਲੱਗਣ ਦੇ ਮੈਨੂੰ ਪੰਪ ਬਹੁਤ ਦਿੱਤੇ ਇਹਨਾਂ ਨੇ ਕਹਿੰਦੇ ਓਕੇ ਲੱਗਣ ਦੇ ਆ ਨਹੀਂ ਮਜ਼ਾਕ ਨਾ ਮਜ਼ਾਕ ਰਿਹਾ ਸੱਚੀ ਵਧੀਆ ਲੱਗਣ ਦੇ ਆ ਹਨਾ ਹਾਂ ਜਾਣਗੇ ਬਾਕੀ ਹੁਣ ਵਾਸ਼ ਕਰਾਂਗੇ ਵਾਲ ਜਿਹੜੇ ਪਹਿਲਾਂ ਹੀ ਤੇਰੇ ਉਹ ਡਿੱਗੇ ਰਹਿੰਦੇ ਹੀ ਹਾਂ ਟਿਕਦੇ ਨਹੀਂ ਆ ਹੁਣ ਵਧੀਆ ਆ ਦੇਖੋ ਐ ਕਰਨਾ ਨਾਲ ਹੀ ਕਿਸਨੇ ਲੈ ਕੇ ਆਂਦਾ ਨਾ ਅੱਜ ਲੈ ਕੇ ਆਣਾ ਧੋਣੇ ਕਹਿੰਦਾ ਖਤਮ ਬਾਏ ਬਾਏ ਗਿਆ ਬਾਕੀ ਸ਼ੈਂਪੂ ਕੰਡੀਸ਼ਨਰ ਹੋਣ ਦੋ ਫੇਰ ਤੁਹਾਨੂੰ ਮਿਲਦੇ ਆ ਡਰਾਇਰ ਕਰਕੇ ਬਸ ਤੁਸੀਂ ਦੇਖ ਸਕਦੇ ਆ ਬਹੁਤ ਫਾਇਦਾ ਕੈਰਾਟਿਨ ਕਰਾਉਣ ਦਾ ਤੇ ਇੱਥੇ ਹੀ ਕਰਦੇ ਆਪਾਂ ਵਲੌਗ ਦੀ ਐਂਡਿੰਗ ਕਿਵੇਂ ਦਾ ਲੱਗਾ ਵਲੌਗ ਤੁਹਾਨੂੰ ਜ਼ਰੂਰ ਦੱਸਿਓ ਕਮੈਂਟ ਬਾਕਸ 'ਚ ਸਾਡੇ ਆ ਹੇਅਰ ਟ੍ਰੀਟਮੈਂਟ ਕਿੱਦਾਂ ਦਾ ਲੱਗਾ ਤੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਕਿ ਨਹੀਂ ਮਿਲਿਆ ਇਹ ਵੀ ਦੱਸਿਓ ਜ਼ਰੂਰ ਵਾਲ ਤਾਂ ਤੁਸੀਂ ਦੇਖ ਸਕਦੇ ਆ ਬਾਕੀ ਜੇ ਤੁਸੀਂ ਇੱਦਾਂ ਦੀਆਂ ਵਧੀਆ ਵਧੀਆ ਵੀਡੀਓ ਦੇਖਣਾ ਚਾਹੁੰਦੇ ਟ੍ਰਾਂਜੈਕਸ਼ਨ ਵੀ ਬਣਾਈ ਹੈ ਨੀਚੇ ਆਈਡੀ ਆਉਂਦੀ ਜਾ ਕੇ ਫੋਲੋ ਕਰ ਲਓ ਇੱਦਾਂ ਦੇ ਨਵੇਂ ਨਵੇਂ ਵਲੌਗ ਦੇਖਣ ਲਈ ਸਾਨੂੰ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਮਿਲਦੇ ਆ ਨੈਕਸਟ ਵਲੌਗ 'ਚ ਬਾਬਾ ਬਲੀ ਕਰੇ।